ਉਹ ਨਿਕਲੇ ਤਾਂ ਮੈਂ ਵੀ ਆਪਣਾ ਮੂੰਹ ਵੇਖਾਂ। ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਆਪਣੀ ਗਾਇਕੀ ਤੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਤੇ ਹੁਣ ਜਲਦ ਹੀ ਉਹ ਫਿਲਮ ਸ਼ਾਹਕੋਟ 'ਚ ਨਜ਼ਰ ਆਉਣ ਵਾਲੇ ਨੇ। ਇਸ ਫਿਲਮ 'ਚ ਗੁਰੂ ਰੰਧਾਵਾ ਦਾ ਕਿਰਦਾਰ ਇਕਬਾਲ ਸਿੰਘ ਦਾ ਹੋਵੇਗਾ, ਜੋ ਕਿ ਇੱਕ ਜੋਸ਼ੀਲਾ ਪੰਜਾਬੀ ਨੌਜਵਾਨ ਹੈ ਜੋ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦਾ ਸੰਕਲਪ ਲੈਂਦਾ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਰਾਜੀਵ ਢਿੰਗਰਾ, ਜਿਨ੍ਹਾਂ ਦੇ ਵੱਲੋਂ ਪਹਿਲਾਂ ਲਾ ਪੰਜਾਬ ਅਤੇ ਫਿਰੰਗੀ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਗਿਆ ਸੀ। ਗੁਰੂ ਰੰਧਾਵਾ ਦੀ ਗੱਲ ਕਰੀਏ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ ਸੀਗਾ। ਇਹ ਫਿਲਮ ਜੋ ਆ 4 ਅਕਤੂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਗੁਰੂ ਰੰਧਾਵਾ ਵੀ ਟੀ ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਫਿਲਮ ਦੇ ਕੁਝ ਕੁ ਗੀਤਾਂ 'ਚ ਆਪਣੀ ਮਨਮੋਹਕ ਆਵਾਜ਼ ਦੇਣਗੇ, ਜੋ ਕਿ ਇਸ ਰੋਮਾਂਟਿਕ ਕਹਾਣੀ ਦੇ ਲਈ ਸ਼ਾਨਦਾਰ ਹੋਵੇਗਾ। ਗੁਰੂ ਰੰਧਾਵਾ ਤੋਂ ਇਲਾਵਾ ਫਿਲਮ ਦੀ ਕਾਸਟ ਵਿੱਚ ਈਸ਼ਾ ਤਲਵਾਰ ਵੀ ਸ਼ਾਮਿਲ ਹੈ, ਜੋ ਕਿ ਦੱਖਣੀ ਭਾਰਤ ਦੇ ਵਿੱਚ ਆਪਣੀ ਪ੍ਰਸਿੱਧੀ ਲਈ ਜਾਣੀ ਜਾਂਦੀ ਹੈ। ਉਹ ਗੁਰੂ ਦੀ ਇਸ ਫਿਲਮ ਦੇ ਵਿੱਚ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਵਾਲੇ ਨੇ। ਇਸ ਫਿਲਮ ਦੇ ਵਿੱਚ ਇਹਨਾਂ ਤੋਂ ਇਲਾਵਾ ਗੁਰਸ਼ਬਦ ਵੀ ਨਜ਼ਰ ਆਉਣਗੇ, ਜੋ ਕਿ ਪੰਜਾਬੀ ਐਕਟਰ ਤੇ ਸਿੰਗਰ ਨੇ। ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਪੰਜਾਬੀ ਐਕਟਰ ਹਰਦੀਪ ਗਿੱਲ ਵੀ ਆਪਣਾ ਐਕਟ ਦਿਖਾਉਂਦਿਆਂ ਹੋਇਆ ਨਜ਼ਰ ਆਉਣਗੇ। ਇਸ ਫਿਲਮ ਦੇ ਵਿੱਚ ਉਹ ਇੱਕ ਭ੍ਰਸ਼ਟ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਨੇ। ਉਹ ਨਿਕਲੇ ਤਾਂ ਮੈਂ ਵੀ ਆਪਣਾ ਮੂੰਹ ਵੇਖਾਂ। ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਆਪਣੀ ਗਾਇਕੀ ਤੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਤੇ ਹੁਣ ਜਲਦ ਹੀ ਉਹ ਫਿਲਮ ਸ਼ਾਹਕੋਟ 'ਚ ਨਜ਼ਰ ਆਉਣ ਵਾਲੇ ਨੇ। ਇਸ ਫਿਲਮ 'ਚ ਗੁਰੂ ਰੰਧਾਵਾ ਦਾ ਕਿਰਦਾਰ ਇਕਬਾਲ ਸਿੰਘ ਦਾ ਹੋਵੇਗਾ, ਜੋ ਕਿ ਇੱਕ ਜੋਸ਼ੀਲਾ ਪੰਜਾਬੀ ਨੌਜਵਾਨ ਹੈ ਜੋ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦਾ ਸੰਕਲਪ ਲੈਂਦਾ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਰਾਜੀਵ ਢਿੰਗਰਾ, ਜਿਨ੍ਹਾਂ ਦੇ ਵੱਲੋਂ ਪਹਿਲਾਂ ਲਾ ਪੰਜਾਬ ਅਤੇ ਫਿਰੰਗੀ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਗਿਆ ਸੀ। ਗੁਰੂ ਰੰਧਾਵਾ ਦੀ ਗੱਲ ਕਰੀਏ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ ਸੀਗਾ। ਇਹ ਫਿਲਮ ਜੋ ਆ 4 ਅਕਤੂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਗੁਰੂ ਰੰਧਾਵਾ ਵੀ ਟੀ ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਫਿਲਮ ਦੇ ਕੁਝ ਕੁ ਗੀਤਾਂ 'ਚ ਆਪਣੀ ਮਨਮੋਹਕ ਆਵਾਜ਼ ਦੇਣਗੇ, ਜੋ ਕਿ ਇਸ ਰੋਮਾਂਟਿਕ ਕਹਾਣੀ ਦੇ ਲਈ ਸ਼ਾਨਦਾਰ ਹੋਵੇਗਾ। ਗੁਰੂ ਰੰਧਾਵਾ ਤੋਂ ਇਲਾਵਾ ਫਿਲਮ ਦੀ ਕਾਸਟ ਵਿੱਚ ਈਸ਼ਾ ਤਲਵਾਰ ਵੀ ਸ਼ਾਮਿਲ ਹੈ, ਜੋ ਕਿ ਦੱਖਣੀ ਭਾਰਤ ਦੇ ਵਿੱਚ ਆਪਣੀ ਪ੍ਰਸਿੱਧੀ ਲਈ ਜਾਣੀ ਜਾਂਦੀ ਹੈ। ਉਹ ਗੁਰੂ ਦੀ ਇਸ ਫਿਲਮ ਦੇ ਵਿੱਚ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਵਾਲੇ ਨੇ। ਇਸ ਫਿਲਮ ਦੇ ਵਿੱਚ ਇਹਨਾਂ ਤੋਂ ਇਲਾਵਾ ਗੁਰਸ਼ਬਦ ਵੀ ਨਜ਼ਰ ਆਉਣਗੇ, ਜੋ ਕਿ ਪੰਜਾਬੀ ਐਕਟਰ ਤੇ ਸਿੰਗਰ ਨੇ। ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਪੰਜਾਬੀ ਐਕਟਰ ਹਰਦੀਪ ਗਿੱਲ ਵੀ ਆਪਣਾ ਐਕਟ ਦਿਖਾਉਂਦਿਆਂ ਹੋਇਆ ਨਜ਼ਰ ਆਉਣਗੇ। ਇਸ ਫਿਲਮ ਦੇ ਵਿੱਚ ਉਹ ਇੱਕ ਭ੍ਰਸ਼ਟ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਨੇ।